2019 ਲੋਕਸਭਾ ਚੋਣਾਂ ਵਿੱਚ ਕੋਚੀ ਸਮਾਂ ਲੈ ਗਿਆ ਤੇ ਲਗਾਤਾਰ ਵਿਰੋਧੀ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਕਾਂਗਰਸ ਵੱਲੋਂ ਵੀ ਨੋਟਬੰਦੀ ਦੇ ਮੁੱਦੇ ਦੇ 2 ਸਾਲ ਪੂਰੇ ਹੋਣ ਤੇ ਇੱਕ ਮੋਦੀ ਸਰਕਾਰ ਦੇ ਵਿਰੁੱਧ ਲੁਧਿਆਣਾ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਲੁਧਿਆਣਾ ਕਾਂਗਰਸ ਦੇ ਪ੍ਰਧਾਨ ਗੋਗੀ ਜੀ। ਗੋਗੀ ਜੀ, ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ, ਕਿਸ ਮੁੱਦੇ ਨੂੰ ਲੈ ਕੇ ਕੀਤਾ ਗਿਆ? ਦੇਖੋ, ਇਹ ਮੁੱਦਾ ਨਹੀਂ ਹੈ, ਇਹ ਦੇਸ਼ ਦਾ ਸੰਕਟ ਹੈ ਜੋ ਦੇਸ਼ ਦੇ ਉੱਤੇ 2 ਸਾਲ ਦਾ ਇੱਕ ਮਾਲੀ ਸੰਕਟ ਇਸ ਮੋਦੀ ਨੇ ਬਿਨਾਂ ਸੋਚੇ ਸਮਝੇ ਬਿਨਾਂ ਕਿਸੇ ਤਰਕੀਬ ਦੇ ਇਹ ਨੋਟਬੰਦੀ ਕੀਤੀ ਹੈ, ਡੀਮੋਨੀਟਾਈਜੇਸ਼ਨ ਕੀਤੀ ਹੈ, ਜੋ ਕਿ ਪੂਰੀ ਤਰ੍ਹਾਂ ਫੇਲ ਹੈ। ਹਮੇਸ਼ਾ ਡੀਮੋਨੀਟਾਈਜੇਸ਼ਨ ਹੁੰਦੀ ਹੈ, ਪਰ ਇਹ ਨਹੀਂ ਹੈ ਵੀ ਲੋਕਾਂ ਦੇ ਤੁਸੀਂ ਨੋਟ ਬੰਦ ਚੱਕ ਦਿਓ, ਬੈਂਕਾਂ ਜਮ੍ਹਾਂ ਕਰਾ ਦਿਓ। ਚੇਂਜਿਸ ਹੁੰਦੀਆਂ ਨੇ, ਉਹਦੀ ਕੋਈ ਪੋਲਿਸੀ ਹੁੰਦੀ ਹੈ, ਕੋਈ ਸਿਸਟਮ ਹੁੰਦਾ, ਪਰ ਰਾਤ ਨੂੰ ਇਹਨੇ ਆਪਣਾ ਤੁਗਲਕੀ ਫਰਮਾਨ, ਜਿਹਨੂੰ ਮੈਂ ਕਹਾਂਗਾ ਕਿ ਵਰਤ ਕੇ, ਰਾਤ ਨੂੰ 9 ਵਜੇ ਵੇਲੇ ਫੋਨ ਕਰਤਾ ਵੀ 500 ਦੇ ਅਤੇ 1000 ਦੇ ਨੋਟ ਹੁਣ ਤੋਂ ਹੀ ਬੰਦ ਨੇ, ਅਤੇ ਕੋਈ ਉਹਨੇ ਦੇਸ਼ ਦੇ ਹਿੱਤ ਦੀ ਗੱਲ ਨਹੀਂ ਕੀਤੀ, ਦੇਸ਼ ਨੂੰ ਡਬੋਣ ਦੀ ਮਾਰਨ ਦੀ ਗੱਲ ਕੀਤੀ ਆ। ਅਤੇ ਇਸ ਕਰਕੇ ਮੈਂ ਤੁਹਾਨੂੰ ਨਰਿੰਦਰ ਮੋਦੀ ਦੇਸ਼ ਵਿਰੋਧੀ ਕਹਾਂਗਾ, ਕੋਈ ਪ੍ਰਧਾਨ ਮੰਤਰੀ ਦੇ ਲਾਇਕ ਬੰਦਾ ਨਹੀਂ ਹੈ ਉਹ। ਕੀ ਸਟ੍ਰੈਟਜੀ ਰਹੂੰਗੀ 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲੀਆਂ, ਕਾਂਗਰਸ ਕਿਸ ਤਰ੍ਹਾਂ ਇਹਨੂੰ ਦੇਖਦੀ ਆ? ਦੇਖੋ, 2019 'ਚ ਲੋਕ ਸਮਝ ਚੁੱਕੇ ਨੇ ਜਿਸ ਤਰੀਕੇ ਨਾਲ ਇਸਨੇ ਨੋਟਬੰਦੀ ਕੀਤੀ, ਉਸ ਤੋਂ ਬਾਅਦ ਨਾਲ ਹੀ GST ਲਗਾਈ, ਵਪਾਰੀ ਮਾਰਤੇ, ਲੋਕਾਂ ਲਾਈਨਾਂ 'ਚ ਖੜ੍ਹੇ ਕਰਕੇ ਸਾਡੇ ਲੋਕ ਸ਼ਹੀਦ ਹੀ ਕਰਤੇ, 209 ਦੇ ਕਰੀਬ ਮਰੇ ਨੇ ਜਿਹੜੇ ਨੋਟਬੰਦੀ ਦੇ ਚੱਕਰਾਂ 'ਚ। ਉਸ ਤੋਂ ਬਾਅਦ GST ਲਾਤੀ, ਫਿਰ ਤੇਲ ਦੀਆਂ ਕੀਮਤਾਂ ਨੇ ਇੰਨੀਆਂ ਵਧਾਤੀਆਂ, ਫਿਰ ਰਫੇਲ ਵਾਲਾ ਜਿਹੜਾ ਸੌਦਾ ਅੰਬਾਨੀ ਅਡਾਨੀ ਨੂੰ ਦੇ ਕੇ ਇਹਨੇ ਰਿਲਾਇੰਸ ਨੂੰ, ਤੁਸੀਂ ਦੱਸੋ 36,000-30,000 ਕਰੋੜ ਦਾ, ਕਿ ਮਤਲਬ ਉਹਨਾਂ ਦਾ ਇੱਕ ਕਮਾਊ ਪੁੱਤ ਸਿਰਫ ਇੱਕ ਬੰਦੇ ਦਾ ਬਣ ਕੇ, ਜਿਹੜੀ 125 ਕਰੋੜ ਦੀ ਜਨਤਾ ਜਿਹਨੇ ਨੂੰ ਵਿਸ਼ਵਾਸ ਨਾਲ ਇਹਨੇ ਧੋਖੇ ਨਾਲ ਅੱਛੇ ਦਿਨ ਆਏਗੇ ਕਹਿ ਕੇ ਵੋਟਾਂ ਲਈਆਂ ਸੀ, ਪ੍ਰਧਾਨ ਮੰਤਰੀ ਬਣਿਆ ਝੂਠ ਤੂਫਾਨ ਡਿਫੰਗ ਕਰਕੇ। ਦੱਸੋ ਇਹਨੇ ਦੇਸ਼ ਦੇ ਵਾਸਤੇ ਕੀ ਕੀਤਾ? 208 ਮੁਲਕ ਨੇ ਵਰਲਡ ਦੇ ਵਿੱਚ, ਜਿਸ 175 ਦੇ ਕਰੀਬ ਇਹ ਘੁੰਮਿਆ ਆ। ਦੱਸੋ ਇਹ ਕਿਹੜੇ ਇਹ ਹਿੰਦੁਸਤਾਨ ਦੇ ਵਾਸਤੇ ਇਹਨੇ ਕੋਈ ਪੋਲਸੀਆਂ ਲਿਆਇਆ, ਕੋਈ ਨੌਜਵਾਨਾਂ ਲਈ ਲਿਆਇਆ, ਕੋਈ ਵਪਾਰ ਲਈ ਲਿਆਇਆ, ਕੋਈ ਕਿਸਾਨਾਂ ਲਈ ਹਰੀ ਕ੍ਰਾਂਤੀ ਲਈ ਲਿਆਇਆ, ਜਾਂ ਕੋਈ ਚਿੱਟੀ ਕ੍ਰਾਂਤੀ ਦੁੱਧ ਵਾਸਤੇ ਲੈ ਕੇ ਆਇਆ ਡੈਰੀ? 2019 ਚੋਣਾਂ ਦੇ ਵਿੱਚ ਤੁਸੀਂ ਕਾਂਗਰਸ ਸਰਕਾਰ ਲਿਆਉਣ ਦੀ ਗੱਲ ਕਰ ਰਹੇ ਹੋ, ਪਰ ਲੁਧਿਆਣਾ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ, ਉਹਦੇ 'ਚ ਲੁਧਿਆਣਾ ਦੇ ਪ੍ਰਮੁੱਖ ਲੀਡਰ, ਚਾਹੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੋਵੇ, ਚਾਹੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਣ, ਚਾਹੇ MLA ਰਕੇਸ਼ ਪਾਂਡੇ ਹੋਣ, ਸਾਰੇ ਗੈਰ ਹਾਜ਼ਰ ਰਹੇ। ਕੀ ਕਹਿਣਾ ਚਾਹੁੰਗੇ? ਲੁਧਿਆਣਾ ਦੀ ਗੁੱਟਬੰਦੀ ਇੱਕ ਵਾਰ ਫਿਰ ਉਜਾਗਰ ਹੋਈ ਆ, ਜਿਹੜੀ 2019 ਇਲੈਕਸ਼ਨਾਂ 'ਚ ਦੇਖਣ ਨੂੰ ਮਿਲੇਗੀ। ਦੇਖੋ, ਕੋਈ ਵੀ ਸਾਡੇ ਤੋਂ ਕਾਂਗਰਸ ਲੁਧਿਆਣਾ ਦੇ ਜਿੰਨੇ ਸਨਮਾਨਯੋਗ ਮੰਤਰੀ ਨੇ, ਭਾਵੇਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਬ੍ਰਦਰ ਦੀ ਰਿੰਗ ਸੈਰੇਮਨੀ ਹੈ ਉੱਧਰ, ਬੀਜੀ ਨੇ ਭਾਰਤ ਭੂਸ਼ਣ ਆਸ਼ੂ ਜੀ ਦੀ ਅੱਜ ਕੈਬਨਿਟ ਮੀਟਿੰਗ ਹੈ ਚੰਡੀਗੜ੍ਹ ਬੈਠੇ ਨੇ, MLA ਵੀ ਨਾਲ ਗਏ ਨੇ, ਜਿਹੜੇ MLA ਫਰੀ ਸੀ। ਦੇਖੋ, ਦਿਹਾਤੀ ਦੇ MLA ਸਾਡੇ ਸਾਹਨੇਵਾਲ ਤੋਂ ਆਏ, ਆਪਣੇ ਇੱਥੋਂ ਅਮਰੀਕ ਸਿੰਘ ਢਿੱਲੋਂ ਆਏ ਨੇ, ਗੁਰਕੀਰਤ ਕੋਟਲੀ ਆਏ ਨੇ, ਲਖਵੀਰ ਸਿੰਘ ਲੱਖਾ ਆਏ ਨੇ, ਕੁਲਦੀਪ ਵੈਦ ਆਏ ਨੇ, ਸੁਰਿੰਦਰ ਡਾਵਰ ਜੀ ਆਏ ਨੇ, ਮਲਕੀਤ ਸਿੰਘ ਦਾਖਾ ਜੀ ਆਏ ਨੇ, ਮਹਿਲਾ ਕਾਂਗਰਸ ਸਾਰੀ ਆਈ ਆ, ਯੂਥ ਕਾਂਗਰਸ ਸਾਰਾ ਆਇਆ, ਦਿਹਾਤੀ ਕਾਂਗਰਸ ਸਾਰੀ ਆਈ ਆ। ਤੁਹਾਡੇ ਵੱਲੋਂ ਲਗਾਤਾਰ ਸਟੇਜ ਤੋਂ ਅਨਾਊਂਸਮੈਂਟ ਕੀਤੀ ਜਾਂਦੀ ਰਹੀ ਕਿ ਰਵਨੀਤ ਬਿੱਟੂ ਆ ਰਹੇ ਨੇ, ਆ ਰਹੇ ਨੇ, ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਕਿਸੇ ਹੋਰ ਜਗ੍ਹਾ ਪ੍ਰੋਗਰਾਮ, ਬਿਲਕੁਲ ਐਟ ਦੀ ਲਾਸਟ ਮੂਮੈਂਟ ਆ ਕੇ ਉਹਨਾਂ ਦਾ ਪ੍ਰੋਗਰਾਮ ਚੇਂਜ ਹੋਇਆ, ਔਰ ਮੇਰੀ ਫੋਨ 'ਤੇ ਉਹਨਾਂ ਦੀ ਗੱਲ ਵੀ ਆ, ਤੁਸੀਂ ਦੂਰ ਸੀ, ਨਹੀਂ ਤਾਂ ਮੈਂ ਤੁਹਾਡੀ ਸਪੀਕਰ 'ਤੇ ਗੱਲ ਵੀ ਕਰਾ ਦੇਣੀ ਸੀ ਉਹਨਾਂ ਨਾਲ, ਕੋਈ ਐਸੀ ਗੱਲ ਨਹੀਂ। ਜੀ ਬਿਲਕੁਲ, ਇਹ ਸੀਗੇ ਲੁਧਿਆਣਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ, ਜਿਨ੍ਹਾਂ ਦਾ ਕਹਿਣਾ ਕਿ ਕਾਂਗਰਸ ਸਰਕਾਰ ਲਗਾਤਾਰ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਆ, ਪਰ ਅੱਜ ਦੇ ਧਰਨੇ ਤੋਂ ਸਾਫ਼ ਨਜ਼ਰ ਆ ਰਿਹਾ ਕਿ ਲੁਧਿਆਣਾ ਦੇ ਵਿੱਚ ਜਿਹੜਾ ਧਰਨਾ ਦਿੱਤਾ ਗਿਆ ਉਸ ਦੇ ਵਿੱਚ ਵੱਡੇ ਲੀਡਰ, ਚਾਹੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੋਵੇ, ਚਾਹੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ MLA ਵੀ ਗੈਰ ਹਾਜ਼ਰ ਰਹੇ, ਜੋ ਕਿ ਕਾਂਗਰਸ ਦੀ ਗੁੱਟਬੰਦੀ ਨੂੰ ਸਾਫ਼ ਦਰਸਾਉਂਦੀ ਆ। ਦੇਖਣਾ ਇਹ ਹੋਇਆ ਕਿ 2019 ਦੇ ਵਿੱਚ ਕਿਸ ਤਰ੍ਹਾਂ ਕਾਂਗਰਸ BJP ਦਾ ਮੁਕਾਬਲਾ ਕਰ ਪਾਉਂਦੀ ਆ। ਕੈਮਰਾਮੈਨ ਰੋਜ ਦੇ ਨਾਲ ਵਿਵੇਕਤਾ, ਦੈਨਿਕ ਸਵੇਰਾ TV, ਲੁਧਿਆਣਾ।